ਜਾਣਕਾਰੀ ਤਾਂ ਸ਼ਹਿਰ ਪਟਿਆਲਾ ਆਪਣੇ ਵੱਲੋਂ ਸੰਗਰੂਰ ਵਾਸੀਆਂ ਨੂੰ 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ ਦੇਵਾਂਗੇ। ਇਹ ਸਾਡਾ ਆਜ਼ਾਦੀ ਪੁਰਬ ਹੈ, ਲੇਕਿਨ 15 ਅਗਸਤ 1947 ਨੂੰ ਯਾਦ ਕਰਦੇ ਹਾਂ ਬਹੁਤ ਜਿਹੜੀ ਤਬਾਹੀ ਦਾ ਮੰਜ਼ਰ ਬਣਿਆ ਉਹ ਸਾਡੇ ਦਿਲਾਂ ਦੇ ਘਰ ਅੱਜ ਵੀ ਨਸਲੀ ਬਣ ਕੇ ਚੱਕਿਆ ਹੈ। ਉਹ 26 ਜਨਵਰੀ ਔਰ 15 ਅਗਸਤ ਸਾਡੇ ਵਾਸਤੇ ਬੜੇ ਅਹਿਮ ਹੈ, ਕਿਉਂਕਿ 15 ਅਗਸਤ ਸਾਡਾ ਆਜ਼ਾਦੀ ਦਿਵਸ ਹੈ, 26 ਜਨਵਰੀ ਜਿਹੜਾ ਸਾਡਾ ਗਣਤੰਤਰ ਦਿਵਸ ਹੈ। ਜੇ ਅਸੀਂ ਪੁਰਾਣੀ ਹਿਸਟਰੀ ਦੇ ਮੁਤਾਬਿਕ ਚੱਲੀਏ ਤਾਂ ਜਿਹੜੀ ਹੈ ਲਗਭਗ 10 ਲੱਖ ਬੰਦਿਆਂ ਦੀ ਮੌਤ ਹੋਈ ਔਰ 1 ਕਰੋੜ ਦੀ ਆਬਾਦੀ ਇੱਧਰ ਉੱਧਰ, ਜਿਸ ਨੂੰ ਕਿ ਕਾਂਗਰਸ ਦੀ ਲੀਡਰਸ਼ਿਪ ਬੜੀ ਸੁਣੀ ਬਚਾਅ ਕੀਤੀ ਜਾ ਸਕਦੀ ਸੀ। ਅੰਗਰੇਜ਼ਾਂ ਦਾ ਵਰਕ ਐਂਡ ਰੂਲ ਜਿਹੜੇ ਇਹ ਹੈ ਮਾੜੋ ਦੇ ਰਾਜ ਹੋਈ ਰੀਤੀ ਨੂੰ ਉਸ ਵਕਤ ਹੀ ਕਾਂਗਰਸ ਦੀ ਲੀਡਰਸ਼ਿਪ ਸਮਝ ਨਹੀਂ ਸਕੀ ਔਰ ਜਿਸ ਕਰਕੇ ਦੇਸ਼ ਦਾ ਮਾਹੌਲ, ਲੇਕਿਨ ਚਲੋ ਆਜ਼ਾਦੀ ਤਾਂ ਆਜ਼ਾਦੀ ਹੁੰਦੀ ਹੈ। ਸਾਡੇ ਵਾਸਤੇ ਸਾਡੇ ਵਾਸਤੇ ਬਹੁਤ ਵਧੀਆ ਮੁਲਕ ਹੈ ਔਰ ਮੈਂ ਉਮੀਦ ਕਰਦਾ ਕਿ ਸਾਡਾ ਮੁਲਕ ਤਰੱਕੀ ਕਰੇ, ਦਿਨ ਨੂੰ ਰਾਤ ਚੌਵੀ ਤਰੱਕੀ ਕਰੇ, ਕਿਉਂਕਿ ਹਿੰਦੁਸਤਾਨ ਤਾਂ ਸਾਰੇ ਪਾਸੋਂ ਤਰੱਕੀ ਕਰ ਰਿਹਾ, ਆਬਾਦੀ ਦੇ ਹਿਸਾਬ ਨਾਲ ਬੜੀ ਵੱਡੀ ਤਰੱਕੀ ਹੋ ਰਹੀ ਹੈ। ਅਤੇ ਇਸ ਆਬਾਦੀ ਨੂੰ ਰੋਕਣ ਵਾਸਤੇ ਸਰਕਾਰ ਨੂੰ ਜਿਹੜੀ ਹੈ ਸਭ ਤੋਂ ਵਾਸਤੇ ਬਹੁਤ ਸਮਾਂ ਕਰਨਾ ਪੈਣਾ ਚਾਹੀਦਾ। ਅੱਜ ਚਾਈਨਾ ਦੇ ਕਾਰਨ ਸਾਡੇ ਤੋਂ ਜ਼ਿਆਦਾ ਆਬਾਦੀ ਸੀ ਕਿਸੇ ਵਕਤ, ਅੱਜ ਚਾਈਨਾ ਦੀ ਆਬਾਦੀ ਜਿਹੜੀ ਹੈ ਕੰਟਰੋਲ 'ਚ ਹੋ ਗਈ, ਲੇਕਿਨ ਸਰਕਾਰ ਦਾ ਸਾਡਾ ਜਿਹੜਾ ਰੁੱਖ ਹੈ ਉਹ ਆਬਾਦੀ ਵਾਲੇ ਪਾਸੇ ਨਹੀਂ। ਕੋਈ ਸਮਾਂ ਸੀ ਜਦੋਂ ਕਿ ਜੋ ਸਿਨੇਮੇ ਦੀ ਟਿਕਟ ਲੈਣ ਜਾਓ ਜਾਂ ਪੈਟਰੋਲ ਪੰਪ 'ਤੇ ਜਾਓ ਤਾਂ ਹਰ ਜਗ੍ਹਾ 'ਤੇ ਲਿਖ ਜਾ, ਈਵਨ ਕਿ ਰੇਲਵੇ ਟਿਕਟ ਲਓ ਤਾਂ ਹਰ ਪਿੱਛੇ ਨਿਕਲਦੇ ਹਨ ਦੋ ਹਮਾਰੇ ਤੋਂ। ਤਾਂ ਇਹ ਸਰਕਾਰਾਂ ਨੇ ਕਿਉਂ ਫੈਮਿਲੀ ਪਲੈਨਿੰਗ ਦਾ ਜਿਹੜਾ ਇਹ ਪ੍ਰੋਗਰਾਮ ਖਤਮ ਕਰਤਾ, ਕਿਸੇ ਡਰ ਤੋਂ ਹੋਇਆ ਜਾਂ ਹਿੰਦੁਸਤਾਨ ਨੂੰ ਬਰਬਾਦ ਕਰਨੇ ਜੋ ਚੱਲ ਰਿਹਾ ਚਾਹੀਦਾ, ਇਹ ਫੈਮਿਲੀ ਪਲੈਨਿੰਗ ਹੈ। ਉਹ ਜੇ ਤੁਸੀਂ ਹਿੰਦੁਸਤਾਨ ਤਰੱਕੀ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਫੈਮਿਲੀ ਪਲੈਨਿੰਗ ਅਪਣਾਉਣੀ ਚਾਹੀਦੀ ਹੈ। ਮੈਂ ਸੰਪੂਰਨ ਪੰਜਾਬ ਨਿਵਾਸੀਆਂ ਦੀ ਇਸ ਵੱਲੋਂ ਬੜੀ ਸ਼ਲਾਘਾ ਵੀ ਕਰਦਾ ਕਿ ਜਿਨ੍ਹਾਂ ਨੇ ਫੈਮਿਲੀ ਪਲੈਨਿੰਗ ਨੂੰ ਅਪਣਾਇਆ ਔਰ ਜਿਹੜਾ 1 ਔਰ 2 ਬੱਚਿਆਂ ਦੀ ਸਲਾਹ ਦੇ ਅੱਗੇ ਪਹੁੰਚੇ। ਲੇਕਿਨ ਅੱਜ ਪੰਜਾਬ ਦੇ ਵਿੱਚ ਬਿਹਾਰ ਤੋਂ, ਰਾਜਸਥਾਨ ਤੋਂ ਔਰ ਯੂਪੀ ਤੋਂ ਔਰ ਸਹਾਰਨਪੁਰ ਤੋਂ ਆਬਾਦੀ ਜਿਹੜੀ ਪੰਜਾਬ ਦੀ ਵੱਧ ਰਹੀ ਹੈ, ਪੰਜਾਬੀ ਦੀ ਆਬਾਦੀ ਲਗਾਤਾਰ ਘੱਟ ਰਹੀ ਹੈ। 15 ਅਗਸਤ ਆਜ਼ਾਦੀ ਦੀਆਂ ਮੈਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਸਾਨੂੰ ਮੁਬਾਰਕਾਂ ਦਿੰਦਾ ਹੋਇਆ ਉਮੀਦ ਕਰਦਾ ਕਿ ਸਾਡਾ ਹਿੰਦੁਸਤਾਨ ਬਹੁਤ ਤਰੱਕੀ ਕਰੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ 'ਤੇ ਜਿਹੜਾ ਉਹ ਜਿਹੜਾ ਹਿੰਦੁਸਤਾਨੀ ਵਾਸੀ ਰਾਜ ਕਰਨ। ਬਹੁਤ ਬਹੁਤ ਧੰਨਵਾਦ।